ਆਜਾ ਮੇਰੇ ਪਿੰਡ ਦਾ ਨਜ਼ਾਰਾ ਵੇਖ ਲੈ, ਤੇਰੇ ਸ਼ਹਿਰ ਨਾਲੋਂ ਵੱਧ ਹੈ ਪਿਆਰਾ ਵੇਖ ਲੈ, ਆਜਾ ਮੇਰੇ ਪਿੰਡ ਦਾ ਨਜ਼ਾਰਾ ਵੇਖ ਲੈ, ਤੇਰੇ ਸ਼ਹਿਰ ਨਾਲੋਂ ਵੱਧ ਹੈ ਪਿਆਰਾ ਵੇਖ ਲੈ, ਕੁੜੀਆਂ ਦਾ ਗਿੱਧਾ ਮੁੰਡੇ ਪਾਉਣ ਬੋਲੀਆਂ, ਰਲ ਕੇ ਮਨਾਉਣ ਲੋਹੜੀਆਂ ਤੇ ਹੋਲੀਆਂ, ਕੁੜੀਆਂ ਦਾ ਗਿੱਧਾ ਮੁੰਡੇ ਪਾਉਣ ਬੋਲੀਆਂ, ਰਲ ਕੇ ਮਨਾਉਣ ਲੋਹੜੀਆਂ ਤੇ ਹੋਲੀਆਂ, ਪਿੰਡ ਵਾੜੀ ਦੇ ਅੱਛਾ ਜੁਦਾ ਜਵਾਰਾ ਵੇਖ ਲੈ, ਆਜਾ ਮੇਰੇ ਪਿੰਡ ਦਾ ਨਜ਼ਾਰਾ ਵੇਖ ਲੈ। ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪਿੰਡ ਦਾ ਨਜ਼ਾਰਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਦੇਵੀਗੜ੍ਹ ਦੇ ਨੇੜਲੇ ਪਿੰਡ ਰੋਸ਼ਨਪੁਰ ਪੱਤੀ ਬਲੌਂਗੀ ਦੇ ਸਰਪੰਚ ਸਰਦਾਰ ਸੁਰਜੀਤ ਸਿੰਘ ਜੀ ਨਾਲ। ਸਰਪੰਚੀ ਦੇ ਕਾਰਜਕਾਲ ਵਿੱਚ ਸਰਦਾਰ ਸੁਰਜੀਤ ਸਿੰਘ ਨੇ ਪਿੰਡ ਦਾ ਬਹੁਤ ਸਾਰਾ ਵਿਕਾਸ ਕਰਾਇਆ। ਪਿੰਡ ਦਾ ਛੱਪੜ ਡੂੰਘਾ ਕਰਾਇਆ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ, ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਕਰਾਈ, ਬਰਾਂਡਾ ਬਣਵਾਇਆ, ਸ਼ੈੱਡ 'ਤੇ ਨਵੀਆਂ ਚਾਦਰਾਂ ਪਵਾਈਆਂ ਅਤੇ ਫੁੱਲ ਬੂਟੇ ਲਗਵਾਏ, ਗਲੀਆਂ 'ਚ ਇੰਟਰਲੋਕ ਇੱਟਾਂ ਲਗਵਾਈਆਂ। ਇਸ ਪਿੰਡ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਸ ਪਿੰਡ ਵਿੱਚ ਰੁਕੇ ਸਨ। ਪਿੰਡ ਦੇ ਲੋਕਾਂ ਨੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣਾਈ ਹੈ।
ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲੰਬੇ ਸਮੇਂ ਤੋਂ ਸਰਪੰਚ ਸੁਰਜੀਤ ਸਿੰਘ ਜੀ ਦੇ ਪਿਤਾ ਜੀ ਬਾਬਾ ਪ੍ਰੇਮ ਸਿੰਘ ਜੀ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਸਿੰਘ ਸਰਪੰਚ ਮੇਰਾ ਬੇਟਾ ਹੈ। ਇਸਨੇ 5 ਸਾਲ ਬਹੁਤ ਸੇਵਾ ਕਰੀ ਪਿੰਡ ਦੀ। 4 ਸਵੇਰੇ ਫਿਰਨੀਆਂ 'ਤੇ ਸੜਕ ਕਢਵਾਈ, ਮਿੱਟੀ ਗੁਰਵਾਈ, ਗਲੀਆਂ ਬਹੁਤ ਵਧੀਆ ਪੱਕੀਆਂ ਬਣਾਈਆਂ, ਆਪ ਕਹੀ ਲੈ ਕੇ ਨਾਲੀਆਂ ਸਾਫ਼ ਕਰਦੇ ਰਹੇ। ਪਿੰਡ ਦੇ 4 ਸਵੇਰੇ ਨਾਲੀਆਂ ਆਪ ਕਢਵਾਈਆਂ ਨੇ ਖੜ ਕੇ, ਕੋਈ ਵੀ ਕੂੜਾ ਕਰਕਟ ਆਪ ਸਾਫ਼ ਕਰਦੇ ਰਹੇ। ਇਹਨਾਂ ਦੀ ਬਹੁਤ ਪਿੰਡ ਸਲਾਹਾਂ ਕਰਦਾ, ਸਿਫਤ ਕਰਦਾ ਹੈ। ਹੋਰ ਵੀ ਸਤਿਗੁਰੂ ਮਹਾਰਾਜ ਦੀ ਇਹਨਾਂ 'ਤੇ ਬੜੀ ਕਿਰਪਾ ਹੈ। ਅੰਮ੍ਰਿਤਧਾਰੀ ਸਿੰਘ ਨੇ 2 ਟਾਈਮ ਉੱਠ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਔਰ ਬਾਣੀਆਂ ਦਾ ਵੀ ਪਾਠ ਕਰਦੇ ਨੇ। ਸਤਿਗੁਰੂ ਮਹਾਰਾਜ ਦੀ ਕਿਰਪਾ ਹੈ। ਦਾਸ ਨੂੰ ਬਾਬਾ ਪ੍ਰੇਮ ਸਿੰਘ 50 ਸਾਲ ਸੇਵਾ ਕਰਦਾ ਰਿਹਾ, ਢਾਡੀ ਪਣੇ ਦੀ, ਕਵੀਸ਼ਰੀ ਪਣੇ ਦੀ, ਔਰ ਸੇਵਾ ਹੁਣ ਗੁਰਦੁਆਰੇ ਸਾਹਿਬ ਸੇਵਾ 20-30 ਸਾਲ ਤੋਂ ਗੁਰਦੁਆਰੇ ਸੇਵਾ ਹੋ ਰਹੀ ਹੈ। ਸਤਿਗੁਰੂ ਮਹਾਰਾਜ ਦੀ ਬੜੀ ਕਿਰਪਾ। ਦੁੱਖ ਭੰਜਨ ਸਾਹਿਬ ਗੁਰਦੁਆਰਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੇ ਆਣ ਕੇ ਚਰਨ ਪਾਏ ਸੀ। ਕਿਸੇ ਵੇਲੇ ਮਾਗਰ ਸਾਹਿਬ ਤੋਂ ਬੁੱਧਮਲ ਸਾਹਿਬ ਨੂੰ ਜਾਂਦੇ ਹੋਏ ਇੱਥੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਹੁਣ ਵੀ ਬਹੁਤ ਵਧੀਆ ਪ੍ਰੋਗਰਾਮ ਬਣਿਆ ਹੈ, ਗੁਰਦੁਆਰਾ ਦੇਖਣ ਲਾਇਕ ਹੈ। ਪਿੰਡ ਦੇ ਵਿੱਚ ਬਹੁਤ ਚਮਕੀਲਾ ਪ੍ਰੋਗਰਾਮ ਬਣਿਆ ਹੋਇਆ ਹੈ। ਪਿੰਡਾਂ ਦੇ ਸਰਪੰਚ ਇਸ ਗੱਲ ਤੋਂ ਨਾਰਾਜ਼ ਹਨ ਕਿ ਕਾਂਗਰਸ ਸਰਕਾਰ ਗ੍ਰਾਂਟਾਂ ਦੇ ਬੈਂਕਾਂ ਵਿੱਚ ਪਏ ਪੈਸੇ ਵਿਕਾਸ ਕਾਰਜਾਂ ਲਈ ਨਹੀਂ ਲਗਾਉਂਦੇ ਰਹੀ। ਸੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਕਾਂਗਰਸੀ ਆਗੂ ਜੋਗਿੰਦਰ ਸਿੰਘ ਕਾਕੜਾ ਸਰਪੰਚਾਂ ਦੇ ਕੰਮਕਾਜ ਵਿੱਚ ਦਖਲ ਦਿੰਦਾ ਹੈ। ਮੈਂ ਸੁਰਜੀਤ ਸਿੰਘ, ਸਰਪੰਚ ਪਿੰਡ ਰੋਸ਼ਨਪੁਰ ਪਤੀ ਬੜੌਂਗੀ ਦਾ। ਸਰਪੰਚ ਵੋਟਾਂ ਦਾ ਨਾਲ ਚੁਣਿਆ ਗਿਆ ਸੀ। ਉਸ ਟਾਈਮ ਸਾਡੇ ਕੋਲ ਕੋਈ ਫੰਡ ਨਹੀਂ ਸੀ ਜਦੋਂ ਅਸੀਂ ਪਿੰਡ ਦਾ ਕੰਮ ਸ਼ੁਰੂ ਕੀਤਾ। ਅਸੀਂ ਸਭ ਤੋਂ ਪਹਿਲਾਂ ਆਪਣਾ ਛੱਪੜ ਖਾਲੀ ਕਰਕੇ ਪਿੰਡ ਦੀ ਫਿਰਨੀ 'ਤੇ ਮਿੱਟੀ ਪਵਾਈ। ਹਰ ਇੱਕ ਦੇ ਵਿਹੜੇ 'ਚ ਮਿੱਟੀ ਪਵਾਈ ਤਾਂ ਕਿ ਪਿੰਡ ਵਿੱਚ ਕੋਈ ਵੀ ਪਾਣੀ ਜਾਂ ਗੰਦਗੀ ਨਾ ਫੈਲ ਸਕੇ। ਉਹ ਤੋਂ ਬਾਅਦ ਜਦੋਂ ਜਿਉਂ ਜਿਉਂ ਸਾਨੂੰ ਗ੍ਰਾਂਟਾਂ ਆਈ ਗਈਆਂ, ਅਸੀਂ ਪਿੰਡ ਦੀ ਗਲੀਆਂ 'ਚ ਨਾਲਿਆਂ 'ਚ ਫੰਡ ਲਾਈ ਗਏ। ਲੋਕ ਇੱਟਾਂ ਵਿਛਾਤੀਆਂ, ਤਕਰੀਬਨ ਸਾਡੀ ਕੰਮ ਥੋੜ੍ਹਾ ਜਿਹਾ ਰਹਿੰਦਾ। ਜੇ ਨਾ ਕਾਂਗਰਸ ਸਰਕਾਰ ਇਹ ਪਾਬੰਦੀ ਲਾਉਂਦੀ, ਸ਼ਾਇਦ ਅਸੀਂ ਸਾਰੀ ਇੱਕ ਵੀ ਗਲੀ ਰਹਿਣ ਨਹੀਂ ਦੇਣੀ।
ਇਹ ਗਲੀ ਤਾਂ ਰਹਿ ਗਈ, ਉਹ ਫੰਡ ਹੁਣ ਬੈਂਕ 'ਚ ਪਿਆ। ਜੋ ਸਾਡਾ ਪੰਚਾਇਤ ਦਾ ਫੰਡ ਆ, ਉਹ ਅਸੀਂ ਸਭ ਤੋਂ ਪਹਿਲਾਂ ਪੰਚਾਇਤ ਦਾ ਉੱਥੇ ਟਿਊਬਵੈੱਲ ਲਵਾਇਆ, ਕਨੈਕਸ਼ਨ ਕਰਾਇਆ, ਤਾਂ ਕਿ ਉਹ ਜ਼ਰੂਰੀ ਸੀ। ਜਿਹੜੀ ਬੋਲੀ ਹਰ ਸਾਲ 50-60 ਹਜ਼ਾਰ ਦੀ ਚੜ੍ਹਦੀ ਸੀ, ਉਹ ਤਕਰੀਬਨ ਅੱਜ 4.5 ਲੱਖ ਤੱਕ ਚਲੇ ਗਈ। ਨਹੀਂ ਪਹਿਲਾਂ ਅਸੀਂ ਜੋ ਵੀ ਫੰਡ ਹੁੰਦਾ ਸਾਡਾ ਪੰਚਾਇਤ ਦਾ, ਉਹ ਅਸੀਂ ਚਾਰੇ ਪਿੰਡਾਂ 'ਤੇ ਡਿਵਾਈਡ ਕਰਦੇ ਹਾਂ ਵੀ ਪਿੰਡ ਦੀ ਹਰ ਇੱਕ ਸਫਾਈ ਹੋ ਸਕੇ, ਜੋ ਕੁਛ ਮਰਜ਼ੀ ਕਰੇ। ਸਾਡੇ ਪਿੰਡਾਂ 'ਚ ਸਮਝ ਲਓ 3 ਸਰਪੰਚ ਆ, ਮੈਂ 2 ਪਿੰਡਾਂ ਦਾ ਸਰਪੰਚ ਆ, ਉਹ ਰੋਸ਼ਨਪੁਰ ਝੁੰਗੀਆਂ ਕਰਤਾਰਪੁਰ ਇੱਕ ਇੱਕ ਪਿੰਡ ਦੇ ਸਰਪੰਚ ਆ। ਉਹਨਾਂ ਨੂੰ ਵੀ ਆਪਣੇ ਫੰਡ ਵਿੱਚੋਂ ਪੈਸੇ ਦਿੱਤੇ ਦੇ, ਜੋ ਵੀ ਬਚਿਆ ਸਾਨੂੰ ਅਸੀਂ ਬਰਾਬਰ ਹਿੱਸਾ ਵੰਡ ਕੇ ਲੋਕ ਪਿੰਡ ਦੀ ਭਲਾਈ ਵਾਸਤੇ ਕੰਮ ਕਰਦੇ ਰਹੇ। ਉਹ ਤੋਂ ਬਾਅਦ ਮੜੀਆਂ ਦਾ ਕੰਮ ਅਸੀਂ ਜੰਗੀ ਪੱਧਰ 'ਤੇ ਚਲਾਇਆ। ਉੱਥੇ ਅਸੀਂ ਫੁੱਲ ਬੂਟੇ ਵੀ ਲਾਏ ਆ, ਸਾਰਾ ਕੁਛ ਕੀਤਾ। ਚਾਰ ਦੀਵਾਰੀ ਵੀ ਬਣਾਤੀ, ਬਰਾਂਡਾ ਵੀ ਬਣਾ ਤਿਆ, ਸ਼ੈੱਡ 'ਤੇ ਵੀ ਦੁਬਾਰਾ ਅਸੀਂ ਚਾਦਰਾਂ ਨਵੀਆਂ ਪਾਈਆਂ, ਪਹਿਲਾਂ ਚਾਦਰਾਂ ਸਾਰੀਆਂ ਖਰਾਬ ਹੋ ਚੁੱਕੀਆਂ ਸਨ। ਹੋਰ ਵੀ ਜੋ ਵੀ ਕੰਮ ਆਈ ਗਿਆ ਉਹ ਅਸੀਂ ਕਰੀ ਗਏ। ਲੋਕਟਾਂ ਦਾ ਲਾਈਓ ਲਾਈਆਂ, ਇਹ ਤਾਂ ਸਭ ਤੋਂ ਵਧੀਆ ਚੀਜ਼ ਬਣ ਗਈ ਜਿਹੜੀ ਗਲੀਆਂ 'ਤੇ ਲੋਕਟਾਂ ਲੱਗ ਗਈਆਂ। ਬਾਕੀ ਨਾਲੇ ਦਾ ਕੰਮ ਵੀ ਕੀਤਾ, ਸਾਡੇ ਪਿੰਡ ਦੇ ਚਾਰੇ ਪਾਸੇ ਨਾਲਾ, ਉਹਦੇ ਵੀ ਕੰਮ ਕੀਤਾ ਅਸੀਂ। ਹੋਰ ਮੇਰੀ ਪੰਚਾਇਤ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ, ਹਰ ਇੱਕ ਮੈਂਬਰ, ਅਸੀਂ 7 ਮੈਂਬਰੀ ਪੰਚਾਇਤ ਆ। ਇੱਕ ਤਾਂ ਮੈਂਬਰ ਸਾਡਾ ਬਾਹਰ ਨੂੰ ਚਲੇ ਗਿਆ, ਜਿਹੜੇ 6 ਮੈਂਬਰ ਸੀ ਬਾਕੀ ਦੇ, ਉਹ ਵੀ ਸਾਨੂੰ ਹਰ ਇੱਕ ਜਗ੍ਹਾ ਸਹਿਯੋਗ ਦਿੰਦੇ ਰਹੇ, ਵੀ ਕੰਮ ਰੁਕਣ ਨਹੀਂ ਦਿੱਤਾ। ਜੋ ਵੀ ਆਈ ਗਿਆ ਫੰਡ ਅਸੀਂ ਨਾਲ ਦੇ ਨਾਲ ਲਾਈ ਗਏ। ਇਹ ਹੁਣ ਆ ਕੇ ਫੰਡ ਰੁਕਿਆ ਸਾਡਾ, ਜਾਂ ਸਾਡੇ 'ਤੇ ਪਾਬੰਦੀ ਲਾ ਤੀ, ਨਹੀਂ ਤਾਂ ਇਹ ਵੀ ਅਸੀਂ ਲਾ ਦੇਣੀ ਸੀ ਗ੍ਰਾਂਟ। ਉਹਨਾਂ ਨੇ ਪਾਬੰਦੀ ਲਾ ਦੀ, ਪੈਸੇ ਤਾਂ ਦੇ ਤੇ ਸਾਨੂੰ 1.5 ਲੱਖ, ਉਂਝ 3 ਲੱਖ ਕਹਿੰਦੇ ਆ ਵੀ 3 ਲੱਖ ਦੀ ਗ੍ਰਾਂਟ ਦੇ ਦੀ, ਦਿੱਤਾ 1.5 ਲੱਖ। ਉਹ 1.5 ਲੱਖ ਵੀ ਹੁਣ ਬੈਂਕ 'ਚ ਪਿਆ, ਅਸੀਂ ਲਾ ਨਹੀਂ ਸਕਦੇ ਉਸਨੂੰ। ਬਾਕੀ ਜੋ ਵੀ ਕੰਮ ਜੰਗੀ ਪੱਧਰ 'ਤੇ ਚੱਲਦਾ ਰਿਹਾ। ਫੁੱਲ ਬੂਟੇ ਪਿੰਡ ਦੇ ਚਾਰੇ ਪਾਸੇ ਅਸੀਂ ਬੂਟੇ ਵੀ ਲਾ ਦੇ, ਜੋ ਕਿ ਚੰਗੇ ਫੁੱਲ ਆ, ਜਿਨ੍ਹਾਂ ਨੂੰ ਗੁਲਮੋਹਰ ਕਹਿੰਦੇ ਆ, ਅੰਬਾਂ ਦੇ ਬੂਟੇ। ਥੋੜ੍ਹੇ ਜਿਹੇ ਜੰਗਲੇ ਰਹਿ ਗਏ ਬਣਾਉਣੇ ਨੂੰ, ਅਸੀਂ ਉਹ ਜੰਗਲਿਆਂ ਦਾ ਪ੍ਰਬੰਧ ਕਰ ਰਹੇ ਹਾਂ ਵੀ ਜੰਗਲੇ ਵੀ ਹਰ ਇੱਕ ਬੂਟੇ ਦੇ ਨਾਲ ਲੱਗ ਜਾਏ, ਫਿਰ ਬੂਟਾ ਟੁੱਟੇ ਨਾ, ਤਾਂ ਕਿ ਪਿੰਡ ਦੀ ਆਉਣ ਵਾਲੇ ਸਮੇਂ 'ਤੇ ਸ਼ਾਨ ਬਣੀ ਰਹਾ। ਇਹ ਦੁਬਾਰਾ ਕੰਮ ਤਾਂ ਹੁੰਦੇ ਨਹੀਂ, ਜੇ ਬੂਟਾ ਟੁੱਟ ਗਿਆ, ਅੱਜ ਟੁੱਟ ਗਿਆ, ਕੱਲ੍ਹ ਨੂੰ ਲਾਉਣਾ ਬੜਾ ਔਖਾ ਹੋ ਜਾਂਦਾ। ਬੂਟੇ ਕੀਮਤੀ ਆ, ਸਾਨੂੰ ਕਿੱਧਰੇ ਤੋਂ ਬੂਟੇ ਮਿਲ ਗਏ ਸੀ, ਉਹ ਤਾਂ ਕਰਕੇ ਅਸੀਂ ਇਹ ਬੂਟੇ ਲਾ ਰਹੇ ਹਾਂ। ਬਾਕੀ ਡਿਸਪੈਂਸਰੀ ਦਾ ਵੀ ਸਾਨੂੰ, ਡਾਕਟਰ ਦਾ ਵੀ, ਸਾਡੇ ਸਕੂਲ 'ਚ ਆ ਵੀ, ਅਸੀਂ ਜੋ ਵੀ ਜਾਂਦੇ ਆ ਉਹ ਸੰਯੋਗ ਨਾਲ ਉਹਨਾਂ ਦੇ
ਕੰਮ ਕਰਦੇ ਰਹਿੰਦੇ ਆ ਅਤੇ ਉਹਨਾਂ ਨੂੰ ਕਹਿੰਦੇ ਰਹਿੰਦੇ ਵੀ ਇਹ ਕੰਮ ਵਧੀਆ ਚਲਾਓ, ਬੱਚਿਆਂ ਦਾ ਕੰਮ ਵਧੀਆ ਚਲਾਓ। ਫਿਰ ਵੀ ਜਿੱਥੇ ਤੱਕ ਹੁੰਦਾ, ਅਸੀਂ ਇੱਕ ਡੰਗਰਾਂ ਵਾਲਾ ਹਸਪਤਾਲ ਸਾਡੇ ਪੈਂਦਾ, ਉੱਥੇ ਡਾਕਟਰ ਨਹੀਂ ਸੀ ਆਉਂਦਾ, ਉਹ ਵੀ ਅਸੀਂ ਹੁਣ ਡਾਕਟਰ ਇੱਥੇ ਆਉਣ ਲੱਗ ਗਏ ਆ। ਇਹੋ ਜਿਹੇ ਕੰਮ ਅਸੀਂ ਕਰਦੇ ਰਹਿੰਦੇ ਹਾਂ ਪਿੰਡ ਦੇ ਸਹਿਯੋਗ ਨਾਲ। ਟੈਂਕੀ ਸਾਡੇ ਪਿੰਡ ਦੀ ਬਣੀ ਨੂੰ ਮੇਰੇ ਖਿਆਲ ਮੈਂ 20 ਸਾਲ ਹੋ ਗਏ ਜਿਹੜੀ ਟੈਂਕੀ ਬਣੀ ਆ। ਉਹਦੇ ਅੱਜ ਤੱਕ ਅਸੀਂ ਜ਼ੋਰ ਵੀ ਬਥੇਰਾ ਲਾ ਲਿਆ, ਪਾਣੀ ਨਹੀਂ ਚੜਿਆ ਟੈਂਕੀ ਦੇ, ਵੀ ਲਾਈਟ ਭੱਜ ਜੇ, ਲੋਕਾਂ ਨੂੰ ਪਾਣੀ ਮਿਲ ਜੇ ਬਾਅਦ 'ਚ। ਉਹਨਾਂ ਨੂੰ ਮਹਿਕਮੇ ਵਾਲਿਆਂ ਨੂੰ ਕਹੀਦਾ ਵੀ ਟੈਂਕੀ 'ਚ ਪਾਣੀ ਨਹੀਂ ਚੜ੍ਹਦਾ, ਉਹ ਹਾਂ ਅਸੀਂ ਠੀਕ ਕਰਦੇ ਨਹੀਂ ਕਰਦੇ। ਉਹਦਾ ਜਿਸ ਦਿਨ ਦੀ ਬਣੀ ਆ ਉਸੇ ਦਿਨ ਦੀ ਲੀਕ ਆ। ਬਾਕੀ ਜਿਹੜਾ ਪਲੇਟਰ ਰੱਖੇ ਵੇ ਉਹ ਟੈਂਕੀ ਚਲਾਉਂਦੇ ਤਾਂ ਹੈਗੇ ਦੋ ਟਾਈਮ, ਉਹ ਜਾਣੀ ਸਿੱਧੀ ਸਪਲਾਈ ਆ, ਨਾ ਕਿ ਟੈਂਕੀ ਦੇ ਕੋਈ ਸਪਲਾਈ। ਪਿੰਡ 'ਚ ਪਾਰਟੀ ਬਾਜੀ ਥੋੜ੍ਹੀ ਬਹੁਤੀ ਤਾਂ ਹੁੰਦੀ ਓ ਰਹਿੰਦੀ ਆ, ਜਾਂ ਇਲੈਕਸ਼ਨ ਹੁੰਦੇ ਆ ਉਹ ਤਾਂ ਇਲੈਕਸ਼ਨ ਦੇ ਮੁਤਾਬਕ ਤਾਂ ਪਾਰਟੀ ਬਾਜੀ ਕਰਦੇ ਆ, ਪਰ ਅਸੀਂ ਪਾਰਟੀ ਬਾਜੀ ਵਾਲਾ ਸੰਬੰਧ ਨਹੀਂ ਰੱਖਿਆ। ਹਾਂ ਜੀ, ਹਾਂ ਭਾਈ ਸਾਹਿਬ ਸਭ ਠੀਕ ਆ। ਸਾਡੇ ਪਿੰਡ 'ਚ ਦੂਜਾ ਪਿੰਡ ਵੀ ਪੈਂਦਾ, ਉਹ ਸਾਰਾ ਸਾਡਾ ਰਾਮਦਾਸੀਆਂ ਦਾ ਪਿੰਡ ਆ, ਉੱਥੇ ਵੀ ਸਾਡੇ 3 ਮੈਂਬਰ ਆ, ਜਦਕਿ ਉਰੇ 4 ਮੈਂਬਰ ਆ ਪਿੰਡ ਬਲੌਂਗੀ 'ਚ। ਅਸੀਂ ਸਾਡੇ 2 ਜਾਤਾਂ ਨਾਲ ਸੰਬੰਧਿਤ ਆ, ਅਸੀਂ ਤੀਜੇ ਬਾਲਮੀਕ ਵੀ ਹੈਗੇ ਸਾਡੇ ਪਿੰਡਾਂ 'ਚ। ਲਾਈਟਾਂ ਨਹੀਂ ਲਾਈਆਂ ਅਸੀਂ, ਸਾਡਾ 14ਵਾਂ ਵਿੱਤ ਕਮਿਸ਼ਨ ਆਉਣਾ ਸੀ, ਉਹ ਸਾਨੂੰ 2 ਕਿਸ਼ਤਾਂ ਮਿਲੀਆਂ, ਉਹ ਜੇ ਉਹ ਸਾਨੂੰ ਕਿਸ਼ਤ ਤੀਜੀ ਮਿਲ ਜਾਂਦੀ ਅਸੀਂ ਲਾਈਟਾਂ ਦਾ ਪ੍ਰਬੰਧ ਕਰ ਦੇਣਾ ਸੀ, ਤਾਂ ਕਰਕੇ ਲਾਈਟਾਂ ਸਾਡੀਆਂ ਰਹਿ ਗਈਆਂ। ਅਸੀਂ 14ਵੇਂ ਵਿੱਤ ਕਮਿਸ਼ਨ 'ਤੇ ਉਹ ਲਾਈਟਾਂ ਲਗਾ ਸਕਦੇ ਆ, ਨਾ ਕਿ ਗਰਾਂਟ 'ਚ ਕੋਈ ਲਾਈਟ ਨਹੀਂ ਲਾ ਸਕਦੇ। ਬੱਸ ਅੱਡਾ ਬਣਿਆ ਵਾ ਪੁਰਾਣਾ ਬਹੁਤ, 30-35 ਸਾਲ ਤੋਂ। ਉੱਥੇ ਅਸੀਂ ਝੁੰਗੀਆਂ ਵਾਲੇ ਸਰਪੰਚ ਨਾਲ ਅਸੀਂ 1-2 ਵਾਰ, ਜਦੋਂ ਸਾਨੂੰ ਪਤਾ ਲੱਗਦਾ ਸੀ ਵੀ ਇਹ ਬੱਸ ਅੱਡੇ ਨੂੰ ਢਾਣ ਦੇ ਇੰਤਜ਼ਾਮ ਕਰ ਰਿਹਾ, ਅਸੀਂ ਉਹਦੇ ਘਰ ਗਏ ਆ। ਘਰ ਜਾ ਕੇ ਉਸਨੂੰ ਕਿਹਾ ਵੀ ਤੂੰ ਭਾਈ ਬੱਸ ਅੱਡਾ ਨਾ ਢਾਹ ਦੀ, ਹੋਰ ਤਾਂ ਜੋ ਉਸ ਮਰਜ਼ੀ ਕਰ ਲਾ, ਸਾਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਬੱਸ ਅੱਡੇ ਦੇ ਮੂਹਰੇ ਇੱਟਾਂ ਲਾਤੀਆਂ। ਅਸੀਂ DC ਸਾਹਿਬ ਨੂੰ ਵੀ ਦਰਖਾਸਤ ਦੇਤੀ, SD ਨੂੰ ਵੀ ਦੇਤੀ ਵੀ ਇਹ ਇੱਟਾਂ ਦਾ ਚੁਕਵਾ ਦਿਓ। ਸਾਡੀਆਂ ਜਿਹੜੀਆਂ ਧੀਆਂ ਭੈਣਾਂ ਬਾਹਰ ਬੱਸ ਸਟੈਂਡ ਦੂਰ ਦੂਰ ਤੋਂ ਆਉਂਦੀਆਂ, ਹੁਣ ਬਰਸਾਤ ਦਾ ਮੌਸਮ ਆ, ਉਹ ਕਿਸੇ ਦੀ ਦੁਕਾਨ 'ਚ ਨਹੀਂ ਖੜ੍ਹ ਸਕਦੀਆਂ, ਉਹ ਬਾਹਰੇ ਖੜ੍ਹੀਆਂ ਭਿੱਜੀ ਜਾਂਦੀਆਂ। ਜੇ ਸਾਡਾ ਬੱਸ ਸਟੈਂਡ ਖਾਲੀ ਕਰਵਾਉਂਦੀ, ਇੱਟਾਂ ਮੂਹਰਾਂ 'ਤੇ ਚੁਕਵਾਉਂਦੇ ਤਾਂ ਬੱਸ ਸਟੈਂਡ ਖਾਲੀ ਦਾ, ਪਰ ਗੌਰਮੈਂਟ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ। ਉਸ ਵਿੱਚ ਕਾਕੜੇ ਦੀ ਮਦਦ ਉਸਨੂੰ ਦਈ ਜਾਂਦੀ ਆ, ਨਹੀਂ ਤਾਂ ਸਾਡਾ ਤਾਂ ਇਹ ਬੱਸ ਸਟੈਂਡ, ਅਸੀਂ ਤਾਂ ਕਹੂੰਗੇ ਵੀ ਕਾਕੜੇ ਆਇਆ ਸੀ ਇੱਕ ਦਿਨ, ਉਹਨੇ ਸਗੋਂ ਉਸਨੂੰ ਕਿਹਾ ਇਹ ਜਿਹੜਾ ਬੋਰ ਆ, ਕਹਿੰਦਾ ਇਸਨੂੰ ਵੀ ਅੰਦਰ ਕਰ ਲਾ, ਜਦਕਿ ਉਹ ਬੋਰ ਪਿੰਡ ਵਾਲਿਆਂ ਨਾਲ ਲਾਇਆ ਵਾ, ਉੱਥੇ ਪਾਣੀ ਪੀਣ ਨੂੰ ਕੂਲਰ ਲਾਇਆ ਵਾ, ਕਹਿੰਦਾ ਇਸਨੂੰ ਵੀ ਚੱਕ ਕੇ ਅੰਦਰ ਕਰ ਲਾ। ਇਹ ਜਾਣੀ ਗਲਤ ਗੱਲਾਂ ਹੋ ਰਹੀਆਂ, ਜਿਹੜੀ ਚੀਜ਼ ਸਾਂਝੀ ਆ ਉਸਨੂੰ ਸਾਂਝੀ ਬਣਾ ਕੇ ਨਹੀਂ ਲੋਕ ਰੱਖਦੇ, ਬਸ ਆਪਣੀ ਪ੍ਰੋਪਰਟੀ ਬਣਾਉਣਾ ਚਾਹੁੰਦੇ ਆ। ਕਾਕੜਾ ਵੈਸੇ ਉਸੇ ਦੇ ਮਦਦ ਕਰਦਾ, ਕਾਕੜਾ ਤਾਂ ਜੇ ਮਦਦ ਕੀਤੀ ਆ ਤਾਂ ਹੀ ਨਹੀਂ, ਉਹ ਇੱਟਾਂ ਚੱਕ ਹੋਈਆਂ, ਵੀਡੀਓ ਵੀ ਆ ਲਿਆ, ਵੀਡੀਓ ਵੀ ਨਹੀਂ ਇੱਟਾਂ ਚੁਕਾ ਸਕਿਆ, ਪਟਵਾਰੀ ਵੀ ਆ ਲਏ, ਉਹਨਾਂ ਨੇ ਮਿਣਤੀ ਨਹੀਂ ਹੋਣ ਦਿੱਤੀ ਫਿਰ ਜਗ੍ਹਾ ਦੀ। ਹੁਣ ਦੁਬਾਰਾ ਫਿਰ ਅਸੀਂ ਕਿਹਾ ਤਾਂ ਵੀ ਅਸੀਂ ਕੰਪਿਊਟਰ ਦੀ ਨਿਸ਼ਾਨਦੇਹੀ ਦੇ ਅਸੀਂ ਪੈਸੇ ਭਰੂੰਗੇ ਇਕੱਠੇ ਕਰਕੇ, ਵੀ ਸਾਡੀ ਨਿਸ਼ਾਨਦੇਹੀ ਜ਼ਰੂਰੀ ਕਰਾਓ, ਵੀ ਇਹਨਾਂ ਦੀ ਜਗ੍ਹਾ ਪੂਰੀ ਕਰਾਓ। ਉਹ ਕਹੀ ਜਾਂਦੇ ਸਾਡੀ ਜਗ੍ਹਾ 'ਚ ਬਣਿਆ, ਅਸੀਂ ਕਿਹਾ ਵੀ ਤੁਸੀਂ ਆਪਣੀ ਜਗ੍ਹਾ ਪੂਰੀ ਕਰਾਓ, ਅਸੀਂ ਸਾਰੀ ਜਗ੍ਹਾ ਖਰਚਾ ਅਸੀਂ ਭਰਦੇ ਹਾਂ, ਪਰ ਜਗ੍ਹਾ ਮਿਣਤੀ ਤਾਂ ਹੋਣ ਨਹੀਂ ਦਿੰਦੇ ਉਹ। ਸਾਨੂੰ ਪਤਾ ਵੀ ਸੜਕ ਉਹ ਪਿੰਡ ਅਲਗਿਰੀ ਵੀ ਆ,
ਥੋੜ੍ਹੀ ਸੜਕ ਨਾ ਜਿਹੜੀ ਉਹ ਪਿੰਡ ਵੱਲ ਗਿਰੀ ਆ, ਜਿਹੜੀ ਸੜਕ ਦੀ ਜਗ੍ਹਾ ਉਸ 'ਚ ਬੱਸ ਸਟੈਂਡ ਬਣਿਆ ਵਾ, ਨਾ ਕਿ ਉਹਨਾਂ ਦੀ ਜਗ੍ਹਾ 'ਚ। ਪਿੰਡ ਦਾ ਤਾਂ ਇਹ, ਮੈਂ 4-10 ਵਰਸੀਬਲ ਪੰਪ ਵੀ ਲਵਾ ਤੇ, ਇੱਕ ਬੜਾ ਬੋਰ ਕੀਤਾ 350 ਫੁੱਟ ਉਸੀ 'ਚ ਮੋਟਰ ਲਵਾਈ, ਉੱਥੇ 4 ਸਬਮਰਸੀਬਲ ਪੰਪ ਇਹ ਸਾਡਾ ਰਾਮਦਾਸੀਆਂ ਦਾ ਪਿੰਡ ਆ, ਉੱਥੇ 4 ਸਬਮਰਸੀਬਲ ਪੰਪ ਲਾ ਤੇ। ਹੋਰ ਧਰਮਸ਼ਾਲਾ ਦਾ ਕੰਮ ਵੀ ਕੀਤਾ। ਅਸੀਂ ਉਸ ਰੋਸ਼ਨਪੁਰ ਪਿੰਡ 'ਚ 4 ਸਬਮਰਸੀਬਲ ਪੰਪ ਲਵਾਏ, ਚਾਰੇ ਪਾਸੇ ਦੀ ਉਹਨਾਂ ਦੀ ਫਿਰਨੀ ਪੱਕੀ ਕਰ ਲੋਕ ਇੱਟ ਨਾਲ ਲਾ ਦਿੱਤੀ, ਦੁਬਾਰੇ ਇੱਟਾਂ ਦੇ ਉੱਤੇ ਪੱਟ ਕੇ ਦੁਬਾਰੇ ਮਿੱਟੀ ਪਵਾ ਕੇ। ਇੱਕ ਸਾਡਾ ਸੁਵਿਧਾ ਸੈਂਟਰ ਬਣਿਆ ਸੀ, ਸਾਨੂੰ ਬਹੁਤ ਜ਼ਿਆਦਾ ਸੁਵਿਧਾ ਸੀ ਉਸਦੀ, ਉਹ ਹੁਣ ਅੱਜ 8-10 ਦਿਨ ਤੋਂ ਬੰਦ ਕੀਤਾ ਗਿਆ, ਜਦਕਿ ਲੋਕ ਬਹੁਤ ਜ਼ਿਆਦਾ ਤੰਗ ਆ। ਇਹ ਜਿਹੜੀ ਸੁਵਿਧਾ ਬਿੱਲੂਰਾ ਭਰ ਦੇ ਹੁਣ ਦੇਵੀਗੜ੍ਹ ਜਾਣਾ ਪੈਂਦਾ, ਇਹ ਇਸਦੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਦੇ ਸੁਵਿਧਾ, ਜਿਹੜੀ ਚੀਜ਼ ਸੁਵਿਧਾ ਬਣੀ ਵੀ ਉਸਨੂੰ ਤਾਂ ਸੁਵਿਧਾ ਵਾਸਤੇ, ਲੋਕਾਂ ਵਾਸਤੇ ਰੱਖਣਾ ਚਾਹੀਦਾ, ਨਾ ਕਿ ਅਣਗਹਿਲੀ ਕਰਨਾ ਚਾਹੀਦੀ। ਇੰਨੀ ਇਮਾਰਤ ਬਣੀ ਦੀ ਵਧੀਆ, ਉਹ 'ਚ ਮਿੱਟੀ ਵੀ ਪਵਾਈ ਆ, ਪੰਚਾਇਤ ਨਾਲ ਸਾਰਾ ਕੰਮ ਕਰਿਆ। ਜਿੰਨੀ ਆ ਸੜਕ ਉਰੇ ਦੇ ਲੈ ਕੇ ਝੁੰਗੀਆਂ ਤੱਕ ਬਣੀ ਦੀ, ਅਸੀਂ ਸਭ ਤੋਂ ਪਹਿਲਾਂ DC ਸਾਹਿਬ ਨੂੰ ਦਰਖਾਸਤ ਦਿੱਤੀ, ਜਿਹੜੀ ਸੜਕ 'ਤੇ ਸਰੀਏ ਨਿਕਲੇ ਵੇ ਹੁੰਦੇ ਤੇ ਉਹ ਅਸੀਂ ਫੋਟੋ ਤਰਵਾ ਕੇ ਸਰੀਏ ਫੜ ਕੇ ਹੱਥ 'ਚ ਫੋਟੋ ਤਰਵਾ ਕੇ DC ਸਾਹਿਬ ਕੋਲ ਲੈ ਗਏ। ਉਹਨਾਂ ਸਾਨੂੰ ਸਮਰਥਨ ਪੂਰਾ ਦਿੱਤਾ। ਜਦੋਂ ਚੰਦੂ ਮਾਜਰਾ ਫਿਰ ਇਲੈਕਸ਼ਨ ਛਿਗੜਿਆ ਤਾਂ ਚੰਦੂ ਮਾਜਰੇ ਨਾਲ ਇਹ ਗੈਬ ਪੈਪ ਦਬਾ ਕੇ ਵਿੱਚ ਇਹ ਬੰਦ ਕਰਵਾ ਤੇ ਉੱਤੋਂ ਦੀ ਸੜਕ ਬਣਵਾ ਦਿੱਤੀ, ਤਾਂ ਕਿ ਸਾਨੂੰ ਜਾਣ ਆਉਣ ਨੂੰ ਕੋਈ ਦਿੱਕਤ ਨਹੀਂ ਰਹੀ। ਇਹ ਸਭ ਤੋਂ ਪਹਿਲਾਂ ਮੈਂ ਹੀ ਇਹ ਸਟੈਪ ਚੱਕਿਆ ਸੀ ਵੀ ਇਹ ਸਰੀਏ, ਜਦ ਪਾਣੀ ਭਰ ਜਾਂਦਾ ਸੀ ਗੈਬਾਂ 'ਚ, ਉਦੋਂ ਬਾਅਦ ਬੱਚੇ ਸਕੂਲ 'ਚ ਆਉਂਦੇ ਤੇ ਉਹਨਾਂ ਨੂੰ ਜੁੱਤੀ ਕੱਢ ਕੇ ਪਾਰ ਲਿਖਣਾ ਪੈਂਦਾ, ਜਰਾਬਾਂ ਕੱਢਣੀਆਂ ਪੈਂਦੀਆਂ ਸੀ, ਉਹ ਸਰੀਏ ਪੈਰਾਂ 'ਚ ਵੱਜ ਜਾਂਦੇ ਤੇ, ਕਈ ਦਾ ਉੱਥੇ ਗੱਡੀਆਂ ਦੇ ਟਾਇਰ ਵੀ ਪੱਟ ਗਏ ਤੇ। ਤਾਂ ਕਰਕੇ ਅਸੀਂ ਕਿਹਾ ਵੀ ਇਹ ਕੰਮ ਠੀਕ ਨਹੀਂ ਹੈਗਾ, ਇਸ ਵਾਸਤੇ ਇਹਨਾਂ ਨੂੰ ਉਰੇ ਪੈਪ ਜਾਂ ਪੂੜੀਆਂ ਲਾਈ ਜਾਣ। ਉਹਨਾਂ ਨੇ ਹੁਣ ਚੰਦੂ ਮਾਜਰਾ ਸਾਹਿਬ ਨਾਲ ਪੂੜੀਆਂ ਲਵਾ ਦਿੱਤੀਆਂ ਸੀ। ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਰਪੰਚ ਸੁਰਜੀਤ ਸਿੰਘ ਦੀ ਉਮਰ ਲੰਬੀ ਕਰਨ, ਤਾਂ ਜੋ ਉਹ ਲੰਬਾ ਸਮਾਂ ਲੋਕਾਂ ਦੀ ਸੇਵਾ ਕਰ ਸਕਣ। ਸਤਿ ਸ੍ਰੀ ਅਕਾਲ। ਆਜਾ ਮੇਰੇ ਪਿੰਡ ਦਾ ਨਜ਼ਾਰਾ ਵੇਖ ਲੈ, ਤੇਰੇ ਸ਼ਹਿਰ ਨਾਲੋਂ ਵੱਧ ਹੈ ਪਿਆਰਾ ਵੇਖ ਲੈ। ਆਜਾ ਮੇਰੇ ਪਿੰਡ ਦਾ ਨਜ਼ਾਰਾ ਵੇਖ ਲੈ, ਤੇਰੇ ਸ਼ਹਿਰ ਨਾਲੋਂ ਵੱਧ ਹੈ ਪਿਆਰਾ ਵੇਖ ਲੈ। ਕੁੜੀਆਂ ਦਾ ਗਿੱਧਾ ਮੁੰਡੇ ਪਾਉਣ ਬੋਲੀਆਂ, ਰਲ ਕੇ ਮਨਾਉਣ ਲੋਹੜੀਆਂ ਤੇ ਹੋਲੀਆਂ। ਕੁੜੀਆਂ ਦਾ ਗਿੱਧਾ ਮੁੰਡੇ ਪਾਉਣ ਬੋਲੀਆਂ, ਰਲ ਕੇ ਮਨਾਉਣ ਲੋਹੜੀਆਂ ਤੇ ਹੋਲੀਆਂ। ਪਿੰਡ ਵਾੜੀ ਦੇ ਛੱਜੂ ਦਾ ਜਵਾਰਾ ਵੇਖ ਲੈ, ਆਜਾ ਮੇਰੇ ਪਿੰਡ ਦਾ ਨਜ਼ਾਰਾ ਵੇਖ ਲੈ।